पानी बहुत ज्यादा जा रही है। 12 बजे तकरीबन टाइम देखा 12 बजे तो लैके हूं तक 2.5 फुट पानी वध गया। तो अजय बहुत टाइम प्यास चढ़ते चढ़ी जाता, सुबह का पानी चढ़ी जाता, पानी का कोई रुकन का नाम नहीं लै रहा। पानी स्पीड बड़ी है पानी की, पिछली बार एक बार रोड पिया फिर वो डाफ लग के खड़ गया फिर उतर गया। तो होर गल सी हुण तां पानी स्पीड ही बहुत है। की कारण मानते हो जो पानी लगातार वाधा पिया है, इस पानी के नाल कितना कि जरा नुकसान होने का डर है? नुकसान से जी पहले जो जो फसल से वह तो डुब गई, दोबारा फिर फड़ फुड़ के लोगों ने इकट्ठा करके कोई किसी मिनतला करके कोई पनीरी लाए दोबारा लाया दोबारा फिर खत्म हो गई ने। ਪਾਸੇ ਫਲੱਡ ਗੇਟ ਖੋਲਣ ਤੋਂ ਬਾਅਦ ਜਿਹੜਾ ਸਤਲੁਜ ਦਰਿਆ ਦੇ ਵਿੱਚ ਲਗਾਤਾਰ ਹੜ੍ਹ ਦੀ ਸਥਿਤੀ ਬਣੀ ਹੋਈ ਹੈ, ਪਾਣੀ ਜਿਹੜਾ ਠਾਠਾ ਮਾਰਦਾ ਸਤਲੁਜ ਦਾ ਦਰਿਆ ਲੋਕਾਂ ਦੇ ਘਰਾਂ ਵਿੱਚ ਵੜ ਰਿਹਾ। ਤੁਹਾਨੂੰ ਤਸਵੀਰਾਂ ਦਿਖਾਉਣੀ ਹੈ ਕਿਸ ਤਰ੍ਹਾਂ ਜਿਹੜੇ ਲੋਕ ਹੈਗੇ ਆ ਘਰਾਂ ਤੋਂ ਬਾਹਰ ਜਿਹੜੇ ਆ ਰਹੇ ਨੇ। ਲੋਕਾਂ ਦਾ ਜਿਹੜਾ ਹੈਗਾ ਲੋਕਾਂ ਦਾ ਜੀਣਾ ਜਿਹੜਾ ਬਹੁਤ ਮੁਹਾਲ ਹੋਇਆ ਪਿਆ ਹੈ। ਲੋਕ ਜਿਹੜੇ ਲਗਾਤਾਰ ਪਾਣੀ ਦੀ ਮਾਰ ਦੇ ਹੇਠ ਆਏ ਹੋਏ ਨੇ। ਲੋਕ ਇੱਥੋਂ ਤੱਕ ਕਿ ਲੋਕ ਜਿਹੜੇ ਨੇ ਉਹਨਾਂ ਦਾ ਜਿਹੜਾ ਜੀਵਨਾ ਦੁੱਬਰ ਹੋਇਆ ਪਿਆ ਹੈ, ਪਾਣੀ ਰੁਕਣ ਦਾ ਨਾਂ ਨਹੀਂ ਲੈ ਰਿਹਾ। ਪਾਣੀ ਲਗਾਤਾਰ ਜਿਹੜਾ ਹੈਗਾ ਪੂਰੇ 1 ਮਹੀਨੇ ਤੋਂ ਜਿਹੜਾ ਲਗਾਤਾਰ ਹੀ ਲੋਕਾਂ ਦੇ ਘਰਾਂ ਦੇ ਵਿੱਚ ਵਰਦਾ ਦਿਖਾਈ ਦੇ ਰਿਹਾ। ਸਤਲੁਜ ਦਰਿਆ ਦੇ ਵਿੱਚ ਜਿਹੜਾ ਹੈਗਾ ਪਾਣੀ ਲਗਾਤਾਰ ਜਿਹੜਾ ਠਾਠਾ ਮਾਰਦਾ ਪੂਰੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਪਿੰਡ ਨਿਹਾਲਾ ਲਵੇਰਾ ਜ਼ਿਲ੍ਹਾ ਫਿਰੋਜ਼ਪੁਰ ਦੀਆਂ ਤਸਵੀਰਾਂ ਦਿਖਾਉਂਦੇ ਹਾਂ। ਸਾਡੇ ਨਾਲ ਵਿੱਚੋਂ ਨਿਕਲ ਕੇ ਆਏ ਵੀਰ ਮੌਜੂਦ ਨੇ। ਵੀਰ ਜੀ ਕਿਵੇਂ ਦੇਖਦੇ ਹੋ ਕਿੰਨਾ ਕੁ ਜਿਹੜਾ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ? ਪਾਣੀ ਬਹੁਤ ਵੱਧ ਰਿਹਾ ਜਾ ਰਿਹਾ। 12 ਵਜੇ ਤਕਰੀਬਨ ਟਾਈਮ ਦੇ ਗਿਆ 12 ਵਜੇ ਤੋਂ ਲੈ ਕੇ ਹੁਣ ਤੱਕ 2.5 ਫੁੱਟ ਪਾਣੀ ਵੱਧ ਗਿਆ। ਅਤੇ ਅਜੇ ਬਹੁਤ ਟਾਈਮ ਪਿਆ ਚੜ੍ਹਦੇ ਚੜ੍ਹੀ ਜਾਂਦਾ, ਸੁਬਹਾ ਦਾ ਪਾਣੀ ਚੜ੍ਹੀ ਜਾਂਦਾ, ਪਾਣੀ ਦਾ ਕੋਈ ਰੁਕਣ ਦਾ ਨਾਮ ਨਹੀਂ ਲੈ ਰਿਹਾ। ਪਿਛਲੀ ਜੇ ਗੱਲ ਕਰਕੇ ਪਿਛਲੇ ਮਹੀਨੇ ਜਿਹੜਾ ਪਾਣੀ ਆਇਆ ਸੀਗਾ, ਪਿਛਲੇ ਮਹੀਨੇ ਨਾਲ ਇਸ ਸਾਲ ਪਾਣੀ ਜ਼ਿਆਦਾ ਹੈ ਕਿ ਥੋੜ੍ਹਾ ਜ਼ਿਆਦਾ ਹੈ? ਪਾਣੀ ਸਪੀਡ ਬੜੀ ਹੈ ਪਾਣੀ ਦੀ, ਪਿਛਲੀ ਵਾਰ ਇੱਕ ਵਾਰੀ ਰੋਡ ਪਿਆ ਫਿਰ ਉਹ ਡਾਫ ਲੱਗ ਕੇ ਖੜ ਗਿਆ ਫਿਰ ਉਤਰ ਗਿਆ। ਅਤੇ ਹੋਰ ਗੱਲ ਸੀ ਹੁਣ ਤਾਂ ਪਾਣੀ ਸਪੀਡ ਹੀ ਬਹੁਤ ਹੈ। ਕੀ ਕਾਰਨ ਮੰਨਦੇ ਹੋ ਜਿਹੜਾ ਪਾਣੀ ਲਗਾਤਾਰ ਵੱਧਦਾ ਪਿਆ ਹੈ, ਇਸ ਪਾਣੀ ਦੇ ਨਾਲ ਕਿੰਨਾ ਕੁ ਜਿਹੜਾ ਨੁਕਸਾਨ ਹੋਣ ਦਾ ਡਰ ਹੈਗਾ? ਨੁਕਸਾਨ ਦੇ ਜੀ ਪਹਿਲੇ ਜੋ ਜਿਹੜੇ ਫਸਲਾਂ ਸੀ ਉਹ ਤਾਂ ਡੁੱਬ ਗਈਆਂ, ਦੁਬਾਰਾ ਫਿਰ ਫੜ ਫੁੜ ਕੇ ਲੋਕਾਂ ਨੇ ਇਕੱਠਾ ਕਰਕੇ ਕੋਈ ਕਿਸੇ ਮਿੰਤਲਾ ਕਰਕੇ ਕੋਈ ਪਨੀਰੀ ਲੈ ਦੁਬਾਰਾ ਲਾਇਆ ਦੁਬਾਰਾ ਫਿਰ ਖਤਮ ਹੋ ਗਈਆਂ ਨੇ। ਹੁਣ ਤਾਂ ਘਰ ਵੀ ਖਤਮ ਹੋਣ ਦੀ ਉਮੀਦ ਹੋ ਗਈ ਹੈ ਵੀ ਘਰ ਵੀ ਨਹੀਂ ਬਚਣਗੇ ਜਿਹੜੇ ਸਾਨੂੰ ਪਾਣੀ ਸਲਾਬ ਕੰਧਾਂ ਡਿੱਗਣ ਦੇ ਕਰਕੇ ਡਿੱਗਦੇ ਪਏ ਨੇ। ਕਿੰਨੇ ਕੁ ਲੋਕ ਜਿਹੜੇ ਹਜੇ ਹਜੇ ਤੱਕ ਜਿਹੜੇ ਹੈਗੇ ਆ ਆਪਣੇ ਘਰਾਂ ਦੇ ਵਿੱਚ ਬੈਠੇ ਨੇ, ਜਾਂ ਕਿੰਨੇ ਕੁ ਸੁਰੱਖਿਅਤ ਬਾਹਰ ਨਿਕਲ ਚੁੱਕੇ ਨੇ? ਕੁਛ ਤਾਂ ਨਿਕਲ ਚੁੱਕੇ, ਕੋਈ ਲਾ ਲਓ ਕੋਈ ਤਕਰੀਬਨ 1.5 ਵਜੇ ਨਿਕਲੇ, 1.5 ਵਜੇ ਵਿੱਚ ਹੀ ਨੇ। ਉੱਥੇ ਹੀ BSF ਵੱਲੋਂ ਜਿਹੜਾ ਹੈਗਾ ਲੋਕਾਂ ਨੂੰ ਬਾਹਰ ਕੱਢਣ ਲਈ ਲਗਾਤਾਰ ਜਿਹੜੀਆਂ ਕੋਸ਼ਿਸ਼ਾਂ ਜਾਰੀ ਹਨ। ਉਹਨਾਂ ਵੱਲੋਂ ਅਗਨਬੋਟਾਂ ਰਾਹੀਂ ਜਿਹੜਾ ਹੈਗਾ ਲੋਕਾਂ ਨੂੰ ਬਾਹਰ ਰੈਸਕਿਊ ਕਰਕੇ ਬਾਹਰ ਕੱਢਿਆ ਜਾ ਰਿਹਾ ਹੈ। ਲੋਕ ਵੱਡੀ ਪੱਧਰ 'ਤੇ BSF ਦੇ ਜਿਹੜੇ ਜਵਾਨ ਹੈਗੇ ਉਹ ਲੋਕਾਂ ਨੂੰ ਜਿਹੜਾ ਹੈ ਸੁਰੱਖਿਅਤ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ 'ਚ ਲੱਗੇ ਹੋਏ ਨੇ। ਸਾਡਾ ਕਿਵੇਂ ਦੇਖਦੇ ਹੋ ਕਿੰਨਾ ਕੁ ਪਾਣੀ ਜਿਹੜਾ ਹੈਗਾ, ਪਾਣੀ ਦਾ ਵਹਾਅ ਕਿੰਨਾ ਕੁ ਤੇਜ਼ ਚੱਲਦਾ ਪਿਆ? ਸਰ, ਪਾਣੀ ਦਾ ਵਹਾਅ ਬਹੁਤ ਤੇਜ਼ ਆ। ਮੈਂ ਨਿਹਾਲੇ ਲਵੇਰੇ ਵਸਨੀਕ ਹਰਜਿੰਦਰ ਸਿੰਘ, ਸਾਹਮਣੇ ਆਪਣੀ ਰਿਹਾਇਸ਼ ਆ। ਅੱਜ ਸੁਬਹਾ ਤੜਕੇ 4 ਵਜੇ ਰਿਹਾਇਸ਼ ਦੇ ਲਾਗੇ ਬੰਨੇ ਪਾਣੀ ਬਹੁਤ ਕੰਮ ਸੀ, ਹੁਣ ਉਹ ਹੌਲੀ ਹੌਲੀ ਜਿਵੇਂ ਜਿਵੇਂ ਸਮਾਂ ਪੈਂਦਾ ਜਾਂਦਾ ਇਸ ਵਕਤ ਸਾਰੇ ਘਰ ਡੁੱਬ ਚੁੱਕੇ ਹਨ। ਕੋਈ ਵੀ ਮੰਨ ਲਓ ਵੀ ਲੱਖ ਲੱਖ ਪਾਣੀ ਇਸ ਟਾਈਮ 'ਤੇ ਘਰਾਂ ਦੇ ਵਿੱਚ, ਜਿਹਨੂੰ ਮੰਨ ਕੇ ਚੱਲੋ ਆਪਣਾ 3-3 ਫੁੱਟ 4-4 ਫੁੱਟ ਪਾਣੀ ਘਰਾਂ 'ਚ ਵੜ ਚੁੱਕਾ ਇਸ ਟਾਈਮ 'ਤੇ। ਅਤੇ ਕਿੰਨਾ ਕੁ ਜਿਹੜਾ ਹੈਗਾ ਕਿੰਨੇ ਕੁ ਫੁੱਟ ਜਿਹੜਾ ਪਾਣੀ ਦਾ ਪੱਧਰ ਵੱਧ ਚੁੱਕਾ? ਜਿਹੜਾ ਆਮ ਅੱਗੇ ਪਾਣੀ ਆਇਆ ਸੀ ਉਹਦੇ ਨਾਲੋਂ ਇਹ ਪਾਣੀ ਥੋੜ੍ਹਾ ਜ਼ਿਆਦਾ ਹੈ ਜੀ। ਹਾਂਜੀ, ਅੱਗੇ ਨਾਲੋਂ ਵੀ ਪਾਣੀ ਜ਼ਿਆਦਾ ਹੈ ਜੀ, ਅਜੇ ਵਧੀ ਜਾਂਦਾ। ਅਜੇ ਸਾਨੂੰ ਕੋਈ ਘਟਣ ਦੀ ਉਮੀਦ ਨਹੀਂ ਲੱਗਦੀ ਵੀ ਪਾਣੀ ਘਟੇਗਾ। ਜੇ ਪਿੱਛੋਂ ਡੈਮਾਂ 'ਤੇ ਕੰਟਰੋਲ ਨਾ ਕੀਤਾ ਇਸੇ ਤਰ੍ਹਾਂ ਸਾਨੂੰ ਮੀਂਹ ਦਾ ਵੀ ਹੋ ਸਕਦਾ ਵੀ ਸਾਡੇ ਤੋਂ ਕਣਕਾਂ ਵੀ ਨਾ ਬੀਜੀਆਂ ਜਾਣ। ਕਿਵੇਂ ਦੇਖਦੇ ਹੋ ਜਿਹੜੇ ਲੋਕ ਕਿਸੇ ਦੇ ਘਰਾਂ ਵਿੱਚ ਬੈਠੇ ਨੇ, ਜਿਹੜੇ ਅਜੇ ਜਿਨ੍ਹਾਂ ਦੇ ਮਾਲ ਡੰਗਰ ਵੀ ਘਰਾਂ ਦੇ ਵਿੱਚ ਬੈਠਾ ਨੇ, ਉਹਨਾਂ ਨੂੰ ਬਾਹਰ ਨਹੀਂ ਕੱਢਿਆ ਜਾ ਰਿਹਾ, ਕੀ ਕਾਰਨ ਮੰਨਦੇ ਹੋ ਕਿ ਸਰਕਾਰਾਂ ਵੀ ਜਿਹੜੀਆਂ ਹੈਗੀਆਂ ਉਹ ਕਿਉਂ ਲਗਾਤਾਰ ਜਿਹੜਾ ਪਾਣੀ ਛੱਡਿਆ ਜਾ ਰਿਹਾ? ਨਹੀਂ, ਇਸ ਤਰ੍ਹਾਂ ਕੱਲ੍ਹ ਪਰਸੋਂ ਦੀਆਂ ਅਨਾਊਂਸਮੈਂਟਾਂ ਕੀਤੀਆਂ ਸੀ ਵੀ ਪਾਣੀ ਬਹੁਤ ਆ ਰਿਹਾ, ਪਰ ਲੋਕ ਘਰ ਛੱਡ ਕੇ ਮਜਬੂਰ ਨੇ, ਨਹੀਂ ਆ ਸਕਦੇ ਕਿਉਂਕਿ ਘਰੇ ਚੋਰੀ ਹੁੰਦੀ ਜਾਂ ਕੁਛ ਵੀ ਹੁੰਦਾ ਵੀ ਉਹਦੇ ਜ਼ਿੰਮੇਵਾਰ ਕੌਣ ਬਣੂਗਾ। ਇਸ ਕਰਕੇ ਸਰਕਾਰਾਂ ਦਾ ਕੋਈ ਸਰਕਾਰ ਦਾ ਪ੍ਰਸ਼ਾਸਨ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਦਾ। ਹੁਣ ਵੀ BSF ਦੀਆਂ ਟੀਮਾਂ ਆਈਆਂ ਨੇ, ਤਹਿਸੀਲਦਾਰ ਕੱਲ੍ਹ ਦੇ ਆਣ ਕੇ ਬੈਠੇ ਇੱਥੇ ਸਾਡੇ ਕੋਲ, ਪਟਵਾਰੀ ਸਾਹਿਬ ਕੱਲ੍ਹ ਦੇ ਆਣ ਕੇ ਬੈਠੇ ਨੇ, ਵਾਜਾਂ ਵੀ ਦਵਾਈਆਂ ਸਭ ਕੁਛ ਕੀਤਾ, ਪਰ ਮਜ਼ਬੂਰੀ ਆ ਵੀ ਜਿਹੜਾ ਹੁਣ ਨਿਕਲ ਲੱਗਿਆ ਜਦੋਂ ਵੇਖਿਆ ਵੀ ਚਾਰੇ ਪਾਸੇ ਬੇਵਾਹ ਹੋ ਗਈ ਆ ਵੀ ਨਹੀਂ ਇੱਥੇ ਰੁਕਿਆ ਜਾਣਾ ਘਰਾਂ 'ਚ। ਬਿਲਕੁਲ ਜੀ, ਲੋਕਾਂ ਦਾ ਕਹਿਣਾ ਹੈ ਕਿ ਹੁਣ ਪੂਰੀ ਬੇਵੱਸ ਹੋ ਚੁੱਕੇ ਨੇ ਲੋਕ, ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਕੀ ਇਹਨੂੰ ਕਹਿੰਦੇ ਉਹ ਬਾਹਰ ਨਹੀਂ ਆ ਰਹੇ। ਕੁਝ ਲੋਕ ਜਿਹੜੇ ਹੈਗੇ ਆ ਅਸੀਂ ਵੀ ਆਪਣੇ ਘਰਾਂ ਦੇ ਵਿੱਚ ਬੈਠੇ ਨੇ, ਤੁਸੀਂ ਦੇਖ ਸਕਦੇ ਹੋ BSF ਵੱਲੋਂ ਜਿਹੜੇ ਲਗਾਤਾਰ ਜਿਹੜੇ ਹੈਗੇ ਆ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਯਤਨ ਜਾਰੀ ਨੇ। ਲਗਾਤਾਰ ਜਿਹੜਾ ਹੈਗਾ ਬੁਟਾ ਰਹੀ ਲੋਕਾਂ ਨੂੰ ਰਿਸਕਿਊ ਕਰਕੇ ਬਾਹਰ ਕੱਢਿਆ ਜਾ, ਜਿਹੜੇ ਹੈਗੇ ਆਪਣੇ ਘਰਾਂ 'ਚੋਂ ਨਿਕਲ ਕੇ ਸੁਰੱਖਿਅਤ ਥਾਵਾਂ 'ਤੇ ਚਲੇ ਗਏ ਨੇ, ਆਪਣੇ ਮਾਲ ਡੰਗਰ ਸੁਰੱਖਿਅਤ ਥਾਵਾਂ 'ਤੇ ਲੈ ਗਏ ਨੇ। ਸਾਨੂੰ ਤਸਵੀਰਾਂ ਦਿਖਾਉਂਦੇ ਹਾਂ ਕਿਸ ਤਰ੍ਹਾਂ ਜਿਹੜਾ ਸਤਲੁਜ ਦਰਿਆ ਵੱਡੀ ਪੱਧਰ 'ਤੇ ਨੱਕੋ ਨੱਕ ਭਰ ਚੁੱਕਾ ਹੈ, ਪਰ ਲੋਕ ਜਿਹੜੇ ਹੈਗੇ ਆ ਉਹ ਬੰਦ ਦੇ ਉੱਪਰ ਸੁਰੱਖਿਅਤ ਜਗ੍ਹਾ 'ਤੇ ਆ ਰਿਹਾ। BSF ਵੱਲੋਂ ਵੀ ਰਿਸਕਿਊ ਕਰਕੇ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ, ਸਾਡੇ ਨਾਲ ਕੱਢਿਆ ਜਾ ਰਿਹਾ।
ਵੀਰ ਜੀ ਕਿਵੇਂ ਦੇਖਦੇ ਹੋ ਕਿੰਨਾ ਕੁ ਜਿਹੜਾ ਪਾਣੀ ਦਾ ਪੱਧਰ ਵਧਿਆ ਹੈਗਾ? ਬਹੁਤ ਜ਼ਿਆਦਾ ਪਾਣੀ ਦਾ ਪੱਧਰ ਵੱਧ ਗਿਆ ਜੀ, 3 ਤੋਂ 4 ਫੁੱਟ ਪਾਣੀ ਜਿਹੜਾ ਕਿ ਵੱਧ ਚੁੱਕਾ ਵਾ ਹੁਣ ਤੱਕ ਦਾ, ਇਹ 12 ਵਜੇ ਤੋਂ ਲੈ ਕੇ ਤੇ ਹੁਣ ਤੱਕ ਦਾ 3 ਤੋਂ 4 ਫੁੱਟ ਜਿਹੜਾ ਪਾਣੀ ਹੈ ਵੱਧ ਚੁੱਕਾ ਵਾ ਜੀ। ਜੇਕਰ ਗੱਲ ਕਰੀਏ 1 ਮਹੀਨਾ ਪਹਿਲਾਂ ਜਿਹੜਾ 10 ਤਰੀਕ ਨੂੰ ਆਪਣਾ ਪਾਣੀ ਆਇਆ ਸੀ, ਉਸ ਤੋਂ ਜ਼ਿਆਦਾ ਪਾਣੀ ਆਇਆ ਕਿ ਥੋੜ੍ਹਾ ਜੀ? ਇਹ ਹੀ ਉਨਾ ਹੀ ਆ ਗਿਆ ਹੁਣ ਤੱਕ ਦਾ। ਅੱਗੇ ਵੀ ਜਿਹੜਾ ਕਿ ਆਪਾਂ ਨੂੰ ਨਾਇਬ ਤਹਿਸੀਲਦਾਰ ਸਾਹਿਬ ਵੱਲੋਂ ਬੇਨਤੀ ਕੀਤੀ ਗਈ ਹੈ ਜਿਹੜੀ, ਉਹਦੇ 'ਚ ਇਹੀ ਦੱਸਿਆ ਵੀ ਪਾਣੀ ਹੋਰ ਅਜੇ ਵੱਧ ਸਕਦਾ ਵਾ, ਜਿਹੜਾ ਅਜੇ 3-4 ਫੁੱਟ ਹੋਰ ਪਾਣੀ ਵਧਣ ਦੀ ਸੰਭਾਵਨਾ ਹੈਗੀ ਹੈ ਜੀ। ਕਿੰਨਾ ਕੁ ਜਿਹੜਾ ਪਾਣੀ ਲਗਾਤਾਰ ਵੱਧਦਾ ਜਾ ਰਿਹਾ ਹੈ, ਲੋਕ ਘਰਾਂ ਤੋਂ ਬਾਹਰ ਸੁਰੱਖਿਅਤ ਆ ਰਹੇ ਨੇ ਕਿ ਕੀ ਕਾਰਨ? ਹਾਂਜੀ ਬਹੁਤ ਆ ਗਏ ਲੋਕ ਤਾਂ ਆਈ ਜਾਂਦੇ ਆ ਹੁਣ, ਫਿਰ ਕਿਸ਼ਤੀਆਂ ਜਿੰਨੇ ਕੁ ਉਨੇ ਹਿਸਾਬ ਨਾਲ ਆਈ ਜਾਂਦੇ ਆ, ਤੇ ਬਹੁਤ ਜ਼ਿਆਦਾ ਮਤਲਬ ਅਜੇ ਕਈਆਂ ਦੇ ਬੱਚੇ ਮਾਲ ਡੰਗਰ ਅੰਦਰ ਆ, ਸਮਾਨ ਅੰਦਰ ਹੁਣ ਤੁਹਾਨੂੰ ਪਤਾ ਇੰਨਾ ਸਮਾਨ ਮਹਿੰਗਾ ਜਿਹੜਾ ਕਿ ਜੋੜਿਆ ਅਕਸਰ ਹੁਣ ਛੱਡ ਕੇ ਤੇ ਆਇਆ ਨ਀ ਜਾਂਦਾ, ਹੁਣ ਤਕਰੀਬਨ 1-2 ਜੀ ਤੇ ਘਰੇ ਹੈਗੇ ਆ ਜੀ ਅਜੇ। ਸਰਕਾਰਾਂ ਲਗਾਤਾਰ ਬੇਨਤੀ ਕੀਤੀਆਂ ਜਾ ਰਹੀਆਂ ਕਿ ਪਾਣੀ ਦਾ ਪੱਧਰ ਜਿਹੜਾ ਲਗਾਤਾਰ ਵੱਧ ਰਿਹਾ ਹੈ, ਪਾਣੀ ਦਾ ਪੱਧਰ ਵਧਣ ਨਾਲ ਲੈ ਜਿਹੜਾ ਹੈਗਾ ਲੋਕਾਂ ਦੀ ਜਾਨ ਮਾਲ ਨੂੰ ਖਤਰਾ ਹੋ ਸਕਦਾ, ਲਗਾਤਾਰ ਲੋਕਾਂ ਨੂੰ ਅਪੀਲਾਂ ਕਰ ਰਹੇ ਨੇ ਕਿ ਪਾਣੀ ਤੋਂ ਸੁਰੱਖਿਅਤ ਬਾਹਰ ਆਓ, ਤੇ ਕਿਵੇਂ ਦੇਖਦੇ ਹੋ ਲੋਕ ਘਰਾਂ ਦੇ ਵਿੱਚ ਹੀ ਰਹਿ ਰਹੇ ਕਿ BSF ਵੱਲੋਂ ਕਿੰਨੇ ਕੁ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ? ਕਾਫੀ ਲੋਕਾਂ ਨੂੰ ਬਾਹਰ ਕੱਢ ਦਿੱਤਾ ਗਿਆ ਵਾ ਅੱਜ ਤੱਕ, ਸਵੇਰ ਤੋਂ ਲੱਗੇ ਹੋਏ ਆ BSF ਵਾਲੇ, ਐਵੇਂ ਕਹੀਏ ਪ੍ਰਸ਼ਾਸਨ ਵੱਲੋਂ ਬਹੁਤ ਜ਼ਿਆਦੀਆਂ ਬੇਨਤੀਆਂ ਵੀ ਕੀਤੀਆਂ ਗਈਆਂ ਵਾ, ਪਹਿਲਾਂ ਵੀ ਅਲਰਟ ਕੀਤਾ ਗਿਆ ਸੀ, ਬਟ ਹੁਣ ਵੀ ਉਹਨਾਂ ਨੇ ਇਹੀ ਬੇਨਤੀਆਂ ਕਰ ਰਹੇ ਆ ਵੀ ਕਿ ਪਾਣੀ ਜਿਹੜਾ ਕਿ ਉਹ ਵੱਧ ਸਕਦਾ ਬਹੁਤ ਜ਼ਿਆਦਾ, ਤੇ ਜਿੰਨੇ ਵੀ ਜੀ ਜਿਹੜੇ ਮੰਨ ਲਓ ਵੀ ਅਜੇ ਵੀ ਆਪਣੇ ਅੰਦਰ ਜਿਹੜੇ ਕਿ ਫਸੇ ਹੋਏ ਆ ਉਹ ਜ਼ਰੂਰ ਬਾਹਰ ਆਉਣ, ਤੇ ਸਾਡੀ ਵੀ ਸਗੋਂ ਇਹੀ ਅਪੀਲ ਆ ਵੀ ਜਿੰਨੇ ਆਪਾਂ ਜਿੰਨਾ ਹੋ ਸਕਦਾ ਵਾ 1-1 ਜੀ ਮੰਨ ਲਓ 2-2 ਜੀ ਰਹਿ ਪੈਣ, ਬਾਕੀ ਚਲੋ ਜੇ ਸਮਾਨ ਤੌਰ ਤੇ ਜਿਹੜਾ ਕਿ ਚੋਰੀ ਵਗੈਰਾ ਵੀ ਹੋ ਜਾਂਦੀਆਂ ਵਾ ਉਸ ਵਾਸਤੇ ਜਿਹੜਾ ਵਾ ਕਿ 1-2 ਜੀ ਆਪਦੇ ਘਰੇ ਰਹਿ ਪੈਣ, ਬਾਕੀ ਬੱਚੇ ਬਜ਼ੁਰਗ ਜਿਹੜੇ ਆ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਵੇ। ਠੀਕ ਹੈ ਬਿਲਕੁਲ ਜੀ, ਲੋਕਾਂ ਦਾ ਕਹਿਣਾ ਹੈ ਕਿ ਜਿਹੜੇ BSF ਵੱਲੋਂ ਰੈਸਕਿਊ ਕਰਕੇ ਲਗਾਤਾਰ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ। ਬਾਪੂ ਜੀ ਸਾਡੇ ਨਾਲ, ਬਾਪੂ ਜੀ ਤੁਸੀਂ ਹੁਣ ਘਰੇ ਜਾਣਾ ਚਾਹੁੰਦੇ ਹੋ ਕਿ ਘਰੋਂ ਤੋਂ ਬਾਹਰ ਆ ਰਹੇ ਜੀ? ਨਹੀਂ ਘਰੇ ਜਾਣਾ ਚਾਹੁੰਦਾ ਤੇ ਘਰੋਂ ਜੀ ਕੱਢਣੇ ਲਿਆਉਣੇ ਆ। ਕਿੰਨੇ ਕੁ ਜੀ ਘਰ ਦੇ ਵਿੱਚ ਫਸੇ ਹੋਏ? ਸਾਡੇ ਜੀ ਘੱਟ ਤੋਂ ਘੱਟ ਵੀ ਦੇ 15 ਜੀ ਤੇ ਹੋਣਗੇ ਜਵਾਕ ਜਿਲ੍ਹਾ ਸਾਰੇ ਘਰਾਂ ਦੇ। ਮਾਲ ਡੰਗਰ ਦਾ ਕਿਵੇਂ ਜੀ? ਮਾਲ ਡੰਗਰ ਤੇ ਫਿਰ ਹੁਣ ਟਾਈਮ ਤਾਂ ਨਹੀਂ ਨਿਕਲ ਸਕਦਾ, ਉਹ ਕਿਹੜਾ ਵੀ ਬੋਰ ਜਾਣਾ ਉਹ ਤੁਹਾਨੂੰ ਉੱਥੇ ਰਹੂਗਾ, ਉੱਚੇ ਜਿਹੇ ਥਾਂ ਕਰਾਂਗੇ ਨਾ ਜਿੱਥਾਂ। ਬਿਲਕੁਲ ਜੀ, ਸਾਡੇ ਨਾਲ ਬਜ਼ੁਰਗ ਸੀ, ਉਹਨਾਂ ਦਾ ਕਹਿਣਾ ਹੈ ਕਿ ਪਰਿਵਾਰ ਨੂੰ ਲਗਾਤਾਰ ਜਿਹੜੀਆਂ ਬਾਹਰ ਕੱਢਿਆ ਜਾ ਰਿਹਾ, ਸਾਡੇ ਨਾਲ BSF ਦੀ ਜਿਹੜੇ ਜਵਾਨ ਨੇ ਲਗਾਤਾਰ ਇਸ ਨੂੰ ਕਰਕੇ ਜਿਹੜਾ ਲੋਕਾਂ ਨੂੰ ਬਾਹਰ ਸੁਰੱਖਿਅਤ ਬਾਹਰ ਕੱਢ ਰਹੇ ਨੇ। ਵੀਰ ਜੀ ਸਰ ਕਿੰਨਾ ਕੁ ਜਿਹੜੇ ਲੋਕਾਂ ਨੂੰ ਹੁਣ ਤੱਕ ਬਚਾਅ ਕਾਰਜ ਰਾਹਤ ਕਾਰਜ ਤੱਕ ਬਾਹਰ ਕੱਢਿਆ ਜਾ ਰਿਹਾ? 254। 254 ਜੀ ਜੀ। ਤੇ ਕਿੰਨੀ ਬੋਰ ਚੱਲ ਰਹੀ ਹੈ ਆਪਣੀ? ਹਮਾਰੀ 3 ਤਰੀਕ। ਤੇ ਕਿੰਨੇ ਵਜੇ ਤੱਕ ਸਰ ਨਿਕਾਲੋਗੇ ਲੋਕੋ ਕੋ? ਪੂਰੀ ਰਾਤ ਲਗੇ ਰਹੇਗੇ। ਬਿਲਕੁਲ ਜੀ, BSF ਵੱਲੋਂ ਵੀ ਜਿਹੜਾ ਲਗਾਤਾਰ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ, ਸਰਚ ਅਭਿਆਨ ਦੇ ਨਾਲ ਲੋਕਾਂ ਨੂੰ ਜਿਹੜਾ ਹੈਗਾ ਕੱਢਿਆ ਜਾ ਰਿਹਾ ਹੈ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਵੇਂ ਲੋਕ ਜਿਹੜੇ ਹੈਗੇ ਆ ਪਿੰਡ ਫਿਰੋਜ਼ਪੁਰ ਦੇ ਪਿੰਡ ਨਿਹਾਲਾ ਲਵੇਰਾ ਧੀਰਾ ਕਾਰਾ ਨਾਲ ਲੱਗਦੇ ਜਿਹੜੇ ਪਿੰਡ ਹੈਗੇ ਉਹ 5 ਦੇ ਵਿੱਚ ਪੂਰੀ ਤਰ੍ਹਾਂ ਡੁੱਬ ਚੁੱਕੇ ਨੇ। ਲੋਕ ਜਿਹੜੇ ਹੈਗੇ ਆ ਘਰਾਂ ਤੋਂ ਸੁਰੱਖਿਅਤ ਬਾਹਰ ਆ ਰਹੇ ਨੇ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੇ ਲੋਕ ਹੈਗੇ ਆ ਵੱਡੀ ਪੱਧਰ 'ਤੇ ਜਿਹੜੇ ਹੈਗੇ ਆ ਸੁਰੱਖਿਅਤ ਥਾਵਾਂ ਵੱਲ ਵੀ ਜਾ ਰਹੇ ਨੇ, ਘਰਾਂ ਤੋਂ ਬਾਹਰ ਨਿਕਲ ਕਰ ਰਹੇ। ਪ੍ਰਸ਼ਾਸਨ ਵੱਲੋਂ ਵੀ ਲਗਾਤਾਰ ਲੋਕਾਂ ਨੂੰ ਅਪੀਲਾਂ ਕੀਤੀਆਂ ਜਾ ਰਹੀਆਂ ਕਿ ਲਗਾਤਾਰ ਜਿਹੜੀਆਂ ਅਪੀਲਾਂ ਕੀਤੀਆਂ ਜਾ ਰਹੀਆਂ ਲੋਕ ਘਰਾਂ ਤੋਂ ਬਾਹਰ ਨਿਕਲਣ। ਅਤੇ ਇੱਥੇ ਸਾਡੇ ਨਾਲ ਤਹਿਸੀਲਦਾਰ ਸਾਹਿਬ ਮੌਜੂਦ ਨੇ, ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਉਹਨਾਂ ਵੱਲੋਂ ਜਿਹੜੀਆਂ ਹੈਗੀਆਂ। ਸਰ ਕਿਵੇਂ ਦੇਖਦੇ ਹੋ ਜਿਹੜਾ ਪ੍ਰਸ਼ਾਸਨ ਵੱਲੋਂ ਜਿਹੜਾ ਹੈਗਾ ਲੋਕਾਂ ਨੂੰ ਕਿੰਨਾ ਕੁ ਲੋਕਾਂ ਨੂੰ ਬਾਹਰ ਕੱਢਿਆ ਜਾਏ? ਸਰ ਤਕਰੀਬਨ ਇਸ ਟਾਈਮ 200-250 ਪਬਲਿਕ ਜਿਹੜੀ ਬਾਹਰ ਕੱਢ ਚੁੱਕੇ ਸੀ, ਅਤੇ ਲਗਾਤਾਰ ਸਾਡਾ ਜਿਹੜਾ ਰੈਸਕਿਊ ਆਪਰੇਸ਼ਨ ਚੱਲ ਰਿਹਾ ਜੀ ਇਹ, ਅਤੇ ਉਮੀਦ ਆ ਵੀ ਅਸੀਂ ਸਾਰਿਆਂ ਨੂੰ ਜਿਹੜੇ ਸੁਰੱਖਿਅਤ ਬਾਹਰ ਕੱਢ ਲਵਾਂਗੇ ਜੀ, ਕਿਸੇ ਨੂੰ ਅੰਦਰ ਨਹੀਂ ਆਉਣ ਦੇਵਾਂਗੇ। ਸਰ ਕਿੰਨਾ ਕੁ ਜਿਹੜੇ ਲੋਕਾਂ ਨੂੰ ਬਾਹਰ ਕੱਢਿਆ ਗਿਆ, ਲੋਕਾਂ ਨੂੰ ਖਾਣੇ ਦਾ ਜਿਹੜਾ ਹੈਗਾ ਪ੍ਰਬੰਧ ਕਿੱਦਾਂ ਕਿਤੇ? ਸਰ ਸਭ ਪਬਲਿਕ ਵਾਸਤੇ ਜਿਹੜਾ ਪ੍ਰਬੰਧ ਟੋਟਲ ਕੀਤਾ ਗਿਆ ਸਾਡੇ ਵੱਲੋਂ, ਪਾਣੀ ਦਾ, ਖਾਣੇ ਦਾ ਪ੍ਰਬੰਧ ਹੈਗਾ, ਪਸ਼ੂਆਂ ਵਾਸਤੇ ਫੀਡ ਦਾ ਵੀ ਪ੍ਰਬੰਧ ਅਸੀਂ ਕੀਤਾ ਹੋਇਆ ਜੀ। ਇਸ ਤੋਂ ਇਲਾਵਾ ਸਾਡਾ ਗੁਰਦੁਆਰਾ ਸਾਹਿਬ ਬੱਗੇ ਵਾਲਾ ਹੈਗਾ ਜੀ, ਉੱਥੇ ਰਹਿਣ ਦਾ ਪ੍ਰਬੰਧ ਕੀਤਾ ਲੋਕਾਂ ਵਾਸਤੇ, ਅਤੇ ਪ੍ਰਸ਼ਾਸਨ ਵਾਸਤੇ ਅਸੀਂ ਆਪਣਾ ਟੈਂਟ ਵੀ ਲਗਾਇਆ ਹੋਇਆ। ਇਸ ਤੋਂ 3-4 ਟੈਂਟ ਮੈਂ ਹੋਰ ਮੰਗਾਏ ਨੇ ਵੀ ਜਿੰਨਾ ਮੰਨ ਲਓ ਜਿਨ੍ਹਾਂ ਨੇ ਪਸ਼ੂ ਆਪਣੇ ਬੰਨੇ ਨੇ ਬੰਨ ਦੇ ਉੱਪਰ, ਉਹਨਾਂ ਨੇ ਰਾਤ ਪਸ਼ੂਆਂ ਕੋਲ ਕੱਟਣੀ ਤੇ ਅਸੀਂ ਉਹਨਾਂ ਨੂੰ ਟੈਂਟ ਵੀ ਅਵੇਲੇਬਲ ਕਰਾ ਕੇ ਦੇ ਰਹੇ ਹਾਂ। ਕਿੰਨਾ ਕੁ ਸਰ ਹੁਣ ਤੱਕ ਜਿਹੜਾ ਪਾਣੀ ਹੈ ਆਪਣਾ ਹਰ ਇੱਕ ਪੱਤੋਂ ਚੱਲ ਰਿਹਾ ਜੀ? 2.25 ਲੱਖ, ਜਿਹੜਾ 2,29,000 ਚੱਲ ਰਿਹਾ ਪਾਣੀ ਜੀ। ਕੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਅਪੀਲ ਇਹ ਵੀ ਸੁਰੱਖਿਆ, ਤੁਸੀਂ ਆਪਣੇ ਘਰਾਂ ਤੋਂ ਬਾਹਰ ਸਾਡੇ ਕੈਂਪਾਂ, ਰਿਲੀਫ ਕੈਂਪਾਂ ਦੇ ਵਿੱਚ ਆਓ, ਅਤੇ ਪ੍ਰਸ਼ਾਸਨ ਦੀ ਮਦਦ ਕਰੋ ਅਤੇ ਆਪਣੇ ਜਿਹੜੇ ਤਾਂ ਕਿ ਕਿਸੇ ਪ੍ਰਕਾਰ ਦਾ ਕੋਈ ਜਾਨ ਮਾਲ ਦਾ ਨੁਕਸਾਨ ਹੋ ਸਕੇ ਜੀ। ਸਰ ਜੇਕਰ ਬੰਨਾਂ ਦੀ ਗੱਲ ਕਰੀਏ, ਬੰਨ ਜਿੱਥੇ ਕਿਤੇ ਕਮਜ਼ੋਰ ਨੇ ਉਹਦੇ ਵਾਸਤੇ ਪ੍ਰਸ਼ਾਸਨ ਕੀ ਕਰ ਰਿਹਾ ਜੀ? ਸਰ ਜਿੱਥੇ ਕਿਤੇ ਬੰਨ ਕਮਜ਼ੋਰ ਨੇ, ਪਹਿਲੀ ਗੱਲ ਤਾਂ ਆਪਣੇ ਜਿਸ ਏਰੀਏ 'ਚ ਪਖੜੇ ਇੱਥੇ ਸਾਨੂੰ ਆਪਾਂ ਨੂੰ ਕਿਤੇ ਵੀ ਬੰਨ ਕਮਜ਼ੋਰ ਨਹੀਂ ਗਾ। ਮੰਨ ਲਓ ਜਿਸ ਪਾਸੇ ਕਿਤੇ ਬੰਨ ਕਮਜ਼ੋਰ, ਕੱਲ੍ਹ ਡੀਸਾ ਨੇ ਬਕਾਇਦਾ ਮੀਟਿੰਗ ਕੀਤੀ ਸੀ ਸਾਰੇ ਡਿਪਾਰਟਮੈਂਟ ਦੀ, ਉਹਦੇ ਬੁਲਾਇਆ ਸੀ, ਉਹਦੇ ਵਿੱਚ ਹਰ ਜਗ੍ਹਾ 'ਤੇ ਜਿਹੜਾ ਮਿੱਟੀ ਦੇ ਗੱਟਿਆਂ ਦਾ ਪ੍ਰਬੰਧ, ਸੈਂਡ ਦਾ ਪ੍ਰਬੰਧ, ਅਤੇ ਜਿਹੜੀ ਨਰੇਗਾ ਦੀ ਲੇਬਰ, ਉਹ ਤਿਆਰ ਬਸ ਸਾਡੀ ਤਿਆਰ ਖੜੀ ਜੀ। ਬਿਲਕੁਲ।
ਕਿਸੇ ਨੂੰ ਵਨ ਦੇ ਉੱਤੇ ਕੋਈ ਲੱਗਦਾ ਵੀ ਕਿਤੇ ਵਨ ਦੀ ਕਮਜ਼ੋਰ ਹੈ ਉਹਦੇ ਵਾਸਤੇ ਗੱਟਾਂ ਦਾ ਪ੍ਰਬੰਧ ਅਤੇ ਤੇਲ ਦਾ ਪ੍ਰਬੰਧ ਵੀ ਜਿਹੜਾ ਹੈਗਾ ਪ੍ਰਸ਼ਾਸਨ ਵੱਲੋਂ ਕਰ ਦਿੱਤਾ ਗਿਆ ਹੈ। ਫਿਰੋਜ਼ਪੁਰ ਤੋਂ ਅਜੀਤ ਵੈਬ ਟੀਵੀ ਲਈ ਬਲਵੀਰ ਸਿੰਘ ਜਸ਼ਨ ਦੀ ਰਿਪੋਰਟ।